ਵੀ ਗੱਲ ਸਹੀ ਆ। ਆਏ ਹੱਥ ਦੋਦਾ, ਹੁਣ ਤੂੰ ਘਰੇ ਜਾਣਾ, ਘਰੇ ਜਾਣਾ, ਚਲੀਏ। ਕਿੱਥੇ ਆ ਘਰ ਦੇ ਦਾ? ਹੁਣ ਲੱਗ ਗਿਆ ਪਤਾ ਮੈਨੂੰ। ਭਰਾ ਦਾ ਕੀ ਨਾਂ ਤੇਰੇ ਦਾ? ਇੱਕ ਦਾ ਨਾਂ ਰਾਜ ਕੁਮਾਰ, ਇੱਕ ਦਾ ਨਾਂ ਅਸ਼ੋਕ ਕੁਮਾਰ, ਇੱਕ ਦਾ ਨਾਂ ਗੁਲਸ਼ਨ ਕੁਮਾਰ, ਇੱਕ ਦਾ ਨਾਂ ਰਕੇਸ਼। ਚਾਰ ਭਰਾ ਤੇਰੇ? ਕੀ ਕਰਦੇ ਆ ਉਹ ਚਾਰੇ? ਚਾਰੋਂ ਖਤਮ ਹੋ ਗਏ ਨੇ। ਭੈਣੇ ਸਤਿ ਸ੍ਰੀ ਅਕਾਲ। ਤਗੜੀ ਆ। ਅੱਛਾ, ਕਿਵੇਂ ਡੱਗੀ ਤੂੰ? ਭੈਣੇ ਖਾਣਾ ਪੀਣਾ ਕੁਝ? ਪਰੌਂਠੇ ਖਾਣਾ? ਖਵਾਤੇ। ਇਹ ਅਤੁਲ ਜੀ ਨੇ, ਸਾਡੇ ਟੀਮ ਦੇ ਮੈਂਬਰ ਹੀ ਨੇ, ਇਹਨਾਂ ਨੇ ਸਾਨੂੰ ਸੱਦਿਆ। ਤੇਰਾ ਤੇਰਾ ਕੀ ਨਾਮ ਆ ਭੈਣੇ? ਰੇਨੂ। ਰੇਨੂ ਇੱਥੇ ਬਹਿ ਜਾ, ਲੈ ਇੱਥੇ ਬਹਿ ਜਾ, ਬਹਿ ਜਾ ਉੱਠ ਕੇ। ਹੱਥ ਦਰਦ ਹੋ ਰਹੇ ਆ, ਬਹਿ ਜਾ। ਕੋਈ ਕੀ ਹੋ ਗਿਆ? ਹੱਥ ਕਿਹਨੇ ਮਾਰਿਆ? ਇਹ ਡਿੱਗ ਪਈ। ਤੇਰਾ ਪਿੰਡ ਕਿਹੜਾ? ਤਲਵਣ ਤੋਂ ਤੂੰ? ਅੱਛਾ, ਤੇਰਾ ਨਾਂ ਕੀ ਆ? ਅੱਛਾ ਰੇਨੂ। ਤੇਰੀ ਮੰਮੀ ਦਾ ਕੀ ਨਾਂ? ਰੇਨੂ। ਮੰਮੀ ਦਾ ਨਾਂ ਮਿੰਦਰ ਕੌਰ। ਅੱਛਾ, ਤੂੰ ਮਿੰਦਰ ਕੌਰ ਦੀ ਕੁੜੀ ਆ? ਹੰਸਰਾਜ ਜੀ। ਤੇਰੇ ਪਿਓ ਦਾ ਨਾਂ ਹੰਸਰਾਜ ਆ? ਹੰਸੇ ਦੀ ਕੁੜੀ ਆ ਤੂੰ? ਹੁਣ ਲੱਗ ਗਿਆ ਪਤਾ ਮੈਨੂੰ। ਭਰਾ ਦਾ ਕੀ ਨਾਂ ਤੇਰੇ ਦਾ? ਇੱਕ ਦਾ ਨਾਂ ਰਾਜ ਕੁਮਾਰ, ਇੱਕ ਦਾ ਨਾਂ ਅਸ਼ੋਕ ਕੁਮਾਰ, ਇੱਕ ਦਾ ਨਾਂ ਗੁਲਸ਼ਨ ਕੁਮਾਰ, ਇੱਕ ਦਾ ਨਾਂ ਰਕੇਸ਼। ਚਾਰ ਭਰਾ ਤੇਰੇ? ਕੀ ਕਰਦੇ ਆ ਉਹ ਚਾਰੇ? ਚਾਰੋਂ ਖਤਮ ਹੋ ਗਏ ਨੇ। ਖਤਮ ਹੋ ਗਏ? ਹਾਂ। ਇੱਕ ਤਾਂ ਹੈਗਾ ਨਹੀਂ, ਕੋਈ ਵੀ ਨਹੀਂ ਰਿਹਾ। ਮੰਮੀ? ਮੰਮੀ ਆ ਗਈ। ਉਹਦਾ ਕੀ ਨਾਂ? ਮਿੰਦਰ ਕੌਰ। ਮਿੰਦਰ ਕੌਰ, ਤੂੰ ਮਹਿੰਦਰੋ ਦੀ ਕੁੜੀ ਆ? ਤੇਰਾ ਵਿਆਹ ਹੋਇਆ ਹੈ? ਤੇਰਾ ਵਿਆਹ? ਮੇਰਾ ਵਿਆਹ ਨੂੰ 40 ਸਾਲ ਹੋਇਆ ਸੀ ਵਿਆਹ ਤੇਰਾ? ਕਿੱਥੇ ਵਿਆਹੀ ਸੀ ਤੂੰ? ਦਿੱਲੀ, ਲੁਧਿਆਣੇ। ਲੁਧਿਆਣੇ ਕਿੱਥੇ? ਲੁਧਿਆਣੇ ਜਿਹੜਾ ਹੈਗਾ ਨੀ ਡੁਗਰੀ, ਹਾਂ, ਉਹ ਆਪਣਾ ਘਰ ਬਣਾਇਆ ਹੈ, ਆਪਣਾ ਮਕਾਨ ਬਣਾਇਆ ਹੈ ਮੇਰੇ ਸੰਨੀ ਨੇ। ਤੇਰੇ ਬੱਚੇ ਕਿੰਨੇ ਆ? ਹੈ ਤਿੰਨ। ਕੀ ਆ? ਇੱਕ ਜੋਨੀ ਤੇ ਸੰਨੀ, ਤੇ ਇੱਕ ਕੁੜੀ। ਕੁੜੀ ਦਾ ਕੀ ਨਾਂ? ਪ੍ਰੀਤੀ। ਅੱਛਾ, ਪ੍ਰੀਤੀ ਤੇਰੀ ਕੁੜੀ ਆ? ਪੜ੍ਹਦੀ ਆ ਉਹ? ਨਹੀਂ, ਗਈ ਹੀ ਹੈ। ਤੇ ਜੋਨੀ? ਜੋਨੀ ਇੱਕ ਅਮਰੀਕਾ ਗਿਆ ਹੈ, ਇੱਕ ਮੇਰੇ ਕੋਲ। ਤੇ ਜੋਨੀ ਦੇ ਕੋਲੇ ਨੀ ਤੂੰ ਗਈ? ਅਮਰੀਕਾ ਨੀ ਗਈ ਤੂੰ? ਤੇ ਮੈਂ ਕਿਉਂ ਜਾਵਾਂ? ਮੈਨੂੰ ਖਰਚਾ ਭੇਜਦਾ ਤੇ ਮੈਂ ਕਿਉਂ ਜਾਵਾਂ? ਹਾਂ, ਇਹ ਵੀ ਗੱਲ ਸਹੀ ਆ। ਆਏ ਹੱਥ ਦੋਦਾ, ਹੁਣ ਤੂੰ ਘਰੇ ਜਾਣਾ, ਘਰੇ ਜਾਣਾ, ਚਲੀਏ। ਕਿੱਥੇ ਆ ਘਰ ਤੇਰਾ? ਘਰ ਕਿੱਥੇ ਆ? ਡੁਗਰੀ। ਡੁਗਰੀ ਕਿਹੜੇ? ਫੇਸ ਵਨ ਜਾਂ ਟੂ ਜਾਂ ਕਿੱਥੇ ਆ? ਹਾਂ, ਸਰਫ ਵਾਲੀ ਫੈਕਟਰੀ। ਅੱਛਾ,
ਚੱਲੀਏ ਫਿਰ ਆਪਾਂ ਘਰੇ। ਐਂ ਕਹ ਤੂੰ ਤੂੰ ਘੁੰਮ ਰਹੀ ਆ, ਵਾਲ ਖੁੱਲੇ, ਚੁੰਨੀ ਕਿੱਥੇ ਗਈ ਤੇਰੀ? ਚੁੰਨੀ ਵੀ ਕੋਈ ਲੈ ਗਿਆ ਕਾਕਾ, ਚੁੰਨੀ ਦੇਈ। ਪੈਸੇ ਵੀ ਕੋਈ ਲੈ ਗਿਆ ਏ? ਪੈਸੇ ਵੀ ਲੈ ਗਿਆ, ਮੋਬਾਈਲ ਉਹ ਵੀ ਗਿਆ, ਉਹ ਵੀ ਗਿਆ। ਤੇਰੇ ਕੋਲ ਨੰਬਰ ਜਾ ਰਿਹਾ ਤੈਨੂੰ ਕਿਸੇ ਦਾ, ਮੁੰਡੇ ਦਾ? ਉਹਦੇ ਵਿੱਚ ਸੀ ਨਾ ਡੈਰੀ ਚ, ਡੈਰੀ ਚ। ਹਾਂ ਤੇ ਡੈਰੀ ਗਈ, ਡੈਰੀ ਵੀ ਗਈ। ਕੁੜੀ ਦਾ ਨੰਬਰ ਵੀ ਨਹੀਂ ਯਾਦ, ਕਿਸੇ ਦਾ ਵੀ ਨੰਬਰ ਯਾਦ ਨਹੀਂ? ਜੋਨੀ ਸੰਨੀ ਕੋਲ ਲੈ ਲੈਣਾ। ਚੱਲ ਜੋਨੀ ਤੋਂ ਲੈ ਲਾਂਗੇ, ਜੋਨੀ ਕੋਲੇ ਤਾਂ ਹੋਊਗਾ ਨੰਬਰ। ਹੈ ਜੋਨੀ ਕੋਲੇ? ਹਾਂ ਜੋਨ ਕੋਲ ਵੀ, ਸੰਨ ਕੋਲ ਵੀ। ਤੂੰ ਕਿੰਨਾ ਪੜ੍ਹੀ ਆ ਭੈਣੇ? ਮੈਂ 6ਵੀਂ। 6ਵੀਂ ਪੜ੍ਹੀ? ਹਾਂ। ਬਾਬਾ ਜੀ ਦਾ ਪਰਨਾ ਆ ਗਿਆ, ਮੇਰੀ ਭੈਣ ਦਾ ਸਿਰ ਢੱਕ ਆ ਗਿਆ। ਨਨਾਣ ਮੈਨੂੰ ਨਿਕਲਿਆ। ਹੈਂ? ਨਨਾਣ ਗੁਰਦੁਆਰਾ ਰਹਿੰਦੀ ਹੈ ਨਾ? ਅੱਛਾ, ਨਨਾਣ ਗੁਰਦੁਆਰਾ ਰਹਿੰਦੀ ਹੈ? ਕੀ ਨਾਮ ਨਨਾਣ ਦਾ? ਉਹ ਨਾ ਵੱਡੀ ਦਾ ਬਣਾ ਕੇ ਚੱਕੋ, ਉਹ ਤੇ ਚਾਗੀ ਜੇ ਬੇਬੀ, ਤੇ ਇੱਕ ਆਗੀ ਜੇ ਚੁੜੀ, ਇੱਕ ਦਾ ਨਾਮ ਗੋਰਖੀ। ਹੈਂ? ਇੱਕ ਚਿੜੀ, ਇੱਕ ਗੋਰਖੀ, ਤੇ ਇੱਕ ਪੈਂਜੀ ਵੱਡੀ। ਇੱਕ ਚਿੜੀ ਹੈ, ਇੱਕ ਗੋਰਖੀ ਹੈ, ਇੱਕ ਬੇਬੀ ਆ, ਤਿੰਨ ਨਾਮ ਤਾਂ ਤੇਰੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅਸੀਂ ਖੜੇ ਹਾਂ ਜੀ ਲੁਧਿਆਣੇ ਰੇਲਵੇ ਸਟੇਸ਼ਨ ਦੇ ਬਾਹਰ, ਨੇੜੇ ਤੇੜੇ ਘੰਟਾ ਘਰ ਸਾਹਮਣੇ ਆ, ਬਿਲਕੁਲ ਨੇੜੇ। ਤੇ ਇੱਥੇ ਸਵੇਰੇ ਅਤੁਲ ਜੀ ਦਾ ਫੋਨ ਆਇਆ ਸਾਨੂੰ, ਅਤੁਲ ਸਾਲਨ ਜੀ ਹਮੇਸ਼ਾ ਇਸ ਇਲਾਕੇ 'ਚ ਰਹਿੰਦੇ ਨੇ, ਬੜੇ ਚੰਗੇ ਦਿਆਲੂ ਨੇ, ਦਾਨੀ ਨੇ। ਇਹਨਾਂ ਨੂੰ ਜਦੋਂ ਵੀ ਇੱਥੇ ਕੋਈ ਮਿਲਦਾ, ਹਰ ਰੋਜ਼ ਇਹ ਇੱਧਰ ਆਉਂਦੇ ਨੇ ਚੱਕਰ ਮਾਰਨ, ਕਿਸੇ ਨੂੰ ਰੋਟੀ ਲੈਤੀ, ਕਿਸੇ ਨੂੰ ਖਾਣਾ ਖਵਾਤਾ, ਕਿਸੇ ਨੂੰ ਬੂਟ ਦੇਤੇ ਚੱਪਲਾਂ ਸਰਦੀਆਂ 'ਚ, ਕਿਸੇ ਨੂੰ ਕੰਬਲ ਦੇਤਾ। ਇਹ ਵਾਹਿਗੁਰੂ ਜੀ ਕਰਾਉਂਦੇ ਨੇ ਸੱਚੇ ਪਾਤਸ਼ਾਹ, ਕੋਈ ਅੱਲਾ, ਕੋਈ ਰਾਮ, ਕੋਈ ਵਾਹਿਗੁਰੂ, ਕੋਈ ਭਗਵਾਨ। ਅਤੇ ਉਦੋਂ ਜਦੋਂ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਮੈਂਬਰ ਮਿਲਦਾ ਜਾਂਦਾ ਜਿਹੜਾ ਬਹੁਤ ਕ੍ਰਿਟੀਕਲ ਹੁੰਦਾ, ਚੱਲ ਫਿਰ ਨਹੀਂ ਸਕਦਾ, ਬਿਮਾਰ ਹੁੰਦਾ, ਅਤੇ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਆਪਣਿਆਂ ਤੋਂ ਵਿਛੜਿਆ ਹੁੰਦਾ, ਤਾਂ ਇਹ ਤੁਰੰਤ ਐਕਸ਼ਨ ਕਰਦੇ ਨੇ, ਸਾਨੂੰ ਕਾਲ ਕਰਦੇ ਨੇ, ਵੀਡੀਓ ਭੇਜਦੇ ਨੇ। ਅੱਜ ਵੀ ਹੁਣ ਇਹਨਾਂ ਨਾਲ ਘੰਟਾ ਡੇਢ ਘੰਟਾ, 2 ਘੰਟੇ ਹੋ ਗਏ ਹੋਣੇ ਆ, ਇਹਨਾਂ ਦਾ ਫੋਨ ਆਇਆ ਸਾਨੂੰ। ਅਸੀਂ ਸਕੂਲ ਸੀ, ਬੱਚਿਆਂ ਦੇ ਫੰਕਸ਼ਨ ਸੀ ਉੱਥੇ, ਇਹਨਾਂ ਨੇ ਦੱਸਿਆ ਵੀ ਇੱਕ ਭੈਣ ਆ ਵੀ ਆਪਣਿਆਂ ਤੋਂ ਵਿਛੜੀ ਲੱਗਦੀ ਆ, ਵੀ ਜੇ ਆਉਂ ਤੁਸੀਂ ਇਹਦਾ ਘਰ ਲੱਭ ਸਕਦਾ। ਤਾਂ ਚਲੋ ਸਾਨੂੰ ਟਾਈਮ ਲੱਗਿਆ, ਉਦੋਂ ਦੇ ਇੱਥੇ ਹੀ ਖੜ੍ਹੇ ਨੇ 2 ਘੰਟਿਆਂ ਤੋਂ, ਅਤੇ ਸਾਡੀ ਟੀਮ ਦਾ ਮੈਂਬਰ ਆ ਸ਼ੈਫੀ, ਅਤੇ ਅਸੀਂ ਇਹਦੀ ਡਿਊਟੀ ਲਾਤੀ, ਅਤੇ ਇਹ ਵੀਰ ਇੱਥੇ ਪਹੁੰਚ ਗਿਆ, ਅਤੇ ਅਸੀਂ ਹੁਣ ਆਪਣੀ ਭੈਣ ਨੂੰ ਆਪਣੇ ਨਾਲ ਲੈ ਕੇ ਚੱਲੇ ਸੁਪਨਿਆਂ ਦੇ ਘਰ। ਅਤੇ ਅਰਦਾਸ ਕਰਿਓ ਇਹ ਭੈਣ ਦੀ ਤੰਦਰੁਸਤੀ ਲਈ, ਜਿਹੜਾ ਇਹ ਵੀਰ ਹੁਣਾਂ ਨੇ ਉਪਰਾਲਾ ਕੀਤਾ ਇਹ ਨੇਪਰੇ ਚੜ੍ਹੇ, ਅਤੇ ਦੂਸਰਾ ਇਹਨੂੰ ਜੇ ਕੋਈ ਪਹਿਚਾਣਦਾ ਜਾਣਦਾ ਕੋਈ ਇਹਦਾ ਆਪਣਾ, ਉਹ ਵੀ ਸਾਡੇ ਨੰਬਰਾਂ 'ਤੇ ਸੰਪਰਕ ਕਰੋ, ਸਾਡੇ ਨੰਬਰ ਦਿੱਤੇ ਹੋਏ ਆ। ਅਤੇ ਜਿਹੜਾ ਨਹੀਂ ਜਾਣਦਾ ਪਹਿਚਾਣਦਾ, ਉਹ ਵੀਡੀਓ ਨੂੰ ਸ਼ੇਅਰ ਕਰੋ, ਤਾਂ ਜੋ ਇਹ ਭੈਣ ਆਪਣੇ ਘਰ ਜਾ ਸਕੇ। ਨੰਗੇ ਸਿਰ ਸੜਕ 'ਤੇ ਘੁੰਮ ਰਹੀ ਆ, ਨੰਗੇ ਪੈਰ ਸੜਕਾਂ 'ਤੇ ਘੁੰਮ ਰਹੀ ਆ, ਇਹ ਸਾਡੀ ਭੈਣ, ਇਹ ਬੱਚਿਆਂ ਵਾਲੀ ਆ, ਪਰਿਵਾਰ ਵਾਲੀ ਆ, ਨਣਦਾ, ਭਰਜਾਈਆਂ, ਇੱਕ ਬੇਟਾ ਅਮੈਰੀਕਾ ਦੱਸਦੀ ਆ। ਹਾਂ, ਜਿਹੜਾ ਅਮੈਰੀਕਾ ਜਾਂ ਬੇਟਾ, ਜੋਨੀ ਹੈ ਕਿ ਸੰਨੀ ਹੈ, ਕੌਣ ਆ? ਉਹ ਵੱਡਾ ਜੋਨੀ, ਜੋਨੀ ਗਿਆ ਹੋਇਆ। ਤੇ ਤੁਹਾਡਾ ਪੂਰਾ ਨਾਂ ਕੀ ਆ? ਮੇਰਾ ਨਾਂ ਰੇਨੂ। ਰੇਨੂ ਪੂਰਾ ਨਾਮ? ਪੂਰਾ ਕਾਕੀ ਕਹਿੰਦੇ ਨੇ। ਕਾਕੀ ਨਹੀਂ ਤੂੰ, ਕਾਕੀ ਛੋਟਾ ਨਾਂ ਕਾਕੀ ਆ, ਵੱਡਾ ਨਾਂ ਰੇਨੂ ਆ ਭੈਣ ਦਾ। ਰੇਨੂ ਦੁਗਰੀ ਦੱਸਦੀ ਆ, ਸਰਫ ਵਾਲੀ ਫੈਕਟਰੀ ਆ ਕੋਈ ਦੁਗਰੀ, ਉਹਦੇ ਸਾਹਮਣੇ ਘਰ ਆ ਕਹਿੰਦੀ ਮੇਰਾ। ਬਾਕੀ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ
ਸਾਡੇ ਟੀਮ ਮੈਂਬਰ ਹੈਗੇ ਨੇ ਅਸ਼ਵਨੀ ਬਾਈ ਜੀ ਹੁਣੀ ਦੁਗਰੀ ਰਹਿੰਦੇ ਨੇ, ਉਹਨਾਂ ਨੂੰ ਕਾਲ ਕਰਦੇ ਹਾਂ ਵੀਰ ਚੰਦ ਜੀ ਹੁਣਾਂ ਨੂੰ, ਉਹ ਆਲੇ ਦੁਆਲੇ ਲੱਭਣਗੇ, ਅਤੇ ਨਹੀਂ ਤਾਂ ਤੁਸੀਂ ਉਪਰਾਲਾ ਕਰੋ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਜੋ ਇਹ ਕਾਕੀ ਆਪਣੇ ਘਰ ਚਲੇ ਜਾਣ ਅਤੇ ਇਹਦੀ ਜ਼ਿੰਦਗੀ 'ਚ ਕੋਈ ਦੁੱਖ ਤਕਲੀਫ ਆ ਦੂਰ ਹੋ ਜਾਵੇ। ਅਰਦਾਸ ਕਰਿਓ ਉਹਦੇ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਚਲੀਏ ਭੈਣੇ, ਮੁੰਡਾ ਕਰੇਗਾ ਚੱਲ ਖੜੀ ਹੋ, ਉੱਠ ਭੈਣ, ਉੱਠ ਨੀ ਕਾਕੀ ਚੱਲੀਏ। ਸਤਿ ਸ੍ਰੀ ਅਕਾਲ, ਧੰਨਵਾਦ ਇਹਨਾਂ ਦਾ ਨਾ ਵੀਰੇ ਦਾ। ਆ ਜਾ ਚੱਲੀਏ, ਹੋਰ ਖੜੀ ਗੱਡੀ ਆਪਾਂ, ਤੂੰ ਤਾਂ ਮੇਰੀ ਭੈਣ ਆ ਹੈਂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰ ਪ੍ਰਸ਼ਾਦ ਜਾ ਜਗਾਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਆ ਜਾ ਆ ਜਾ ਚੱਲੀ, ਲਓ ਭੈਣ ਲੈ ਕੇ ਚੱਲੋ। ਅਤੇ ਇੱਦਾਂ ਕਈ ਵਾਰੀ ਮਿੱਟੀ 'ਚ ਰੁਲ ਜਾਂਦੇ ਨੇ, ਕਈ ਵਾਰੀ ਕੋਈ ਆਪਣਿਆਂ ਤੋਂ ਵਿਛੜ ਜਾਂਦੇ ਨੇ, ਪਰ ਜੇ ਆਪਾਂ ਆਪਣੇਪਣ ਦੀ ਅੱਖ ਨਾਲ ਦੇਖੀਏ ਤਾਂ ਉਹ ਆਪਣਿਆਂ ਨੂੰ ਮਿਲ ਸਕਦੇ, ਅਤੇ ਜੇ ਆਪਣੇਪਣ ਦੀ ਅੱਖ ਨਾਲ ਦੇਖੀਏ ਤਾਂ ਉਹ ਰੁਲ ਨੂੰ ਬਚ ਸਕਦੇ।